ਸਿਰਸਾ ਦੇ ਡੇਰਾ ਸੱਚਾ ਸੌਦਾ ਵਿੱਚ ਕਮਾਂਡੋਜ਼ ਨੂੰ ਨਜਾਇਜ਼ ਟ੍ਰੇਨਿੰਗ ਦਿੱਤੇ ਜਾਣ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਦਰਅਸਲ ਮਿਲਟਰੀ ਐਡਵਾਈਜ਼ਰੀ ਕਮੇਟੀ 2010 ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਸੀ ਕਿ ਡੇਰੇ ਵਿੱਚ ਰਿਟਾਇਰਡ ਆਰਮੀ ਅਤੇ ਪੁਲਿਸ ਦੇ ਅਧਿਕਾਰੀਆਂ ਤੇ ਨਿੱਜੀ ਕਮਾਂਡੋਜ਼ ਨੂੰ ਨਜਾਇਜ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਨੂੰ ਲੈ ਕੇ ਰਾਮਪਾਲ ਮਾਮਲੇ ਦੌਰਾਨ ਵਕੀਲ ਅਨੁਪਮ ਗੁਪਤਾ ਨੇ ਅਦਾਲਤ ਵਿੱਚ ਇਹ ਮਾਮਲਾ ਚੁੱਕਿਆ ਸੀ। ਅਦਾਲਤ ਦੇ ਹੁਕਮ ਤੇ ਹਰਿਆਣਾ ਸਰਕਾਰ ਨੂੰ ਸਿਰਸਾ ਸਣੇ ਬਾਕੀ ਡੇਰਿਆਂ ਦੀਆਂ ਗਤੀਵਿਧੀਆਂ ਦੀ ਰਿਪੋਰਟ ਅਦਾਲਤ ਦੇ ਵਿੱਚ ਦਾਖਲ ਕਰਨੀ ਸੀ ਮਾਮਲੇ ਦੀ ਸੁਣਵਾਈ ਵਿੱਚ ਹਰਿਆਣਾ ਸਰਕਾਰ ਨੇ ਸਿਰਸਾ ਡੇਰੇ ਦੀ ਜਾਂਚ ਕੀਤੇ ਜਾਣ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਹਾਲਾਂਕਿ ਸਰਕਾਰ ਨੇ ਜਾਂਚ ਦੀ ਵਿਸਤਾਰਤ ਰਿਪੋਰਟ ਦਾਖਲ ਕਰਨ ਦੇ ਲਈ ਹਾਈ ਕੋਰਟ ਤੋਂ ਸਮੇਂ ਦੀ ਮੰਗ ਕੀਤੀ ਹੈ ਜਦਕਿ ਪੰਜਾਬ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਡੇਰਿਆਂ ਦੀ ਰਿਪੋਰਟ ਦਾਖਲ ਕਰਨ ਦੇ ਲਈ ਅਦਾਲਤ ਤੋਂ ਸਮੇਂ ਦੀ ਮੰਗ ਕੀਤੀ ਹੈ ਸਿਰਸਾ ਡੇਰੇ ਦੇ ਵਕੀਲ ਐਸ ਕੇ ਗਰਗ ਨਰਵਾਨਾ ਨੇ ਦੱਸਿਆ ਹੈ ਕਿ ਸਰਕਾਰ ਵੱਲੋਂ ਡੇਰੇ ਦੀ ਜਾਂਚ ਲਈ ਪੰਜ ਵਾਰ ਟੀਮ ਡੇਰੇ ਵਿੱਚ ਪਹੁੰਚੀ ਹੈ ਅਤੇ ਡੇਰੇ ਦੀਆਂ ਸਾਰੀਆਂ ਗਤੀਵਿਧੀਆਂ ਵੀ ਵੀਡੀਓਗ੍ਰਾਫੀ ਵੀ ਕੀਤੀ ਗਈ ਨਿਰਵਾਣਾ ਨੇ ਦੱਸਿਆ ਕਿ ਉਹ ਜਾਂਚ ਟੀਮ ਨੂੰ ਡੇਰੇ ਦਾ ਨਕਸ਼ਾ ਸੌਂਪਿਆ ਅਤੇ ਡੇਰੇ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਵੀ ਬਿਉਰਾ ਜਾਂਚ ਟੀਮ ਨੂੰ ਸੌਂਪਿਆ ਮਾਮਲੇ ਦੀ ਅਗਲੀ ਸੁਣਵਾਈ 10 ਫਰਵਰੀ ਨੂੰ ਹੋਵੇਗੀ ਦੇਖਿਏ ਅੱਜ ਤੋਂ ਕੋਈ ਸਟੇਟਸ ਰਿਪੋਰਟ ਕੋਈ ਸ਼ਾਇਦ ਫਾਈਲ ਨਹੀਂ ہوئی ਹਰਿਆਣਾ ਸਟੇਟ ਆਫ ਹਰਿਆਣਾ ਕੇ ਅਫੀਸਰ ਜਨ ਨੇ ਹਮਾਰਾ ਇਨਸਪੈਕਸ਼ਨ ਕੀਤਾ ਥਾ ਡੇਰਾ ਤਿੰਨ ਅਫੀਸਰਸ ਥੇ ਐਸਟੀਐਮ ਥੇ ਵਾਹਾਂ ਕੇ ਸਿਰਸਾ ਕੇ ਸੀਟੀਮ सि थे सिटी मजिस्ट्रेट और वो अपने डीएसपी थे इन तीनों ने हमारे इसमें डेरा सच्चा सौदा में पांच बार इन्होंने विजिट किया और वीडियोग्राफी की है हर जगह की इन्होंने हर बिल्डिंग की इवन रेजिडेंसीज की भी जो जहाँ ये रेजिडेंस है वहाँ पे भी इन्होंने सारा वीडियोग्राफी किया तो हमने कहा इनको आप आइए जितने बार मर्जी आइए और कोई भी ऑफिसर आके इसको देख सकता है जगह को यहाँ पर कोई बंकर नहीं है यहाँ पर कोई आर, आर्म्स की कोई ट्रेनिंग नहीं दी जाती यहाँ केवल सत्संग और राम नाम के अलावा यहाँ पर और कोई नहीं किया जाता या सोशल वर्क किया जाता है खबर दुनिया में आओ सा कदे भी कि भी जुड़ो आप मिलेंगे फेसबुक ते असी दिखांगे यूट्यूब ते ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ